ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਆ ਸਾਰਿਆਂ ਦੇ। ਅੱਜ ਆਪਾਂ ਫਾਈਨਲੀ ਚੱਲੇ ਹਾਂ ਵੈਨਕੂਵਰ, ਤਿਆਰ ਸ਼ਿਆਰ ਹੋ ਗਏ ਹਾਂ, ਪਰਨਾ ਬਣ ਕੇ ਚੱਲਿਆ। ਮੈਂ ਉੱਥੇ ਜਾ ਕੇ ਤਿਆਰ ਤਿਉਰ ਹੋਵਾਂਗੇ, ਪ੍ਰੋਪਰ ਪੱਗਾਂ ਪੁੱਗਾਂ ਉੱਥੇ ਜਾ ਕੇ ਟਕਾਵਾਂਗੇ ਹੈ ਦਸਤਾਰ। ਹੁਣ ਮੈਂ ਘਰੋਂ ਨਿਕਲ ਕੇ ਪਹਿਲਾਂ ਅਨਮੋਲ ਨੂੰ ਚੱਕਣਾ ਆ, ਅਨਮੋਲ ਨੂੰ ਚੱਕ ਕੇ ਫਿਰ ਇੱਧਰ ਆਵਾਂਗੇ, ਕਿਉਂਕਿ ਉਹਨਾਂ ਦੇ ਘਰ ਕੋਈ ਹੈ ਨਹੀਂ ਜਿਹੜਾ ਸਾਨੂੰ ਉੱਥੇ ਛੱਡ ਕੇ ਆਵੇ। ਸੋ ਇੱਥੇ ਲਵ ਬਾਈ ਨੂੰ ਕਹਾਂਗੇ ਜਾਂ ਕਿਸੇ ਹੋਰ ਨੂੰ ਕਰਨ ਨੂੰ ਕਹਿ ਦਾਂਗੇ, ਉਹਦਾ ਵੀ ਤੁਹਾਨੂੰ ਲਾਇਸੈਂਸ ਬਣ ਗਿਆ ਕਿ ਸਾਨੂੰ ਏਅਰਪੋਰਟ ਛੱਡ ਗਿਆ। ਆਪਣੀ ਫਲਾਈਟ ਹੈਗੀ ਆ ਜੀ 3:30 ਦੀ, ਅਤੇ 2 ਘੰਟੇ ਪਹਿਲਾਂ ਪਹੁੰਚਣਾ ਹੁੰਦਾ। ਸੋ ਹੁਣ ਮੈਂ ਘਰੋਂ ਨਿਕਲਣ ਲੱਗਿਆ, ਸਮਾਨ ਸਮੂਨ ਦੇਖਦੇ ਹਾਂ ਕੀ ਲੈ ਕੇ ਜਾਣਾ ਆ, ਫਿਰ ਇੱਧਰ ਆਉਣੇ ਖਾਣੇ ਪੀਣੇ ਅਤੇ ਫਿਰ ਨਿਕਲਦੇ ਹਾਂ। ਸੋ ਲਓ ਜੀ, ਪੈਕਿੰਗ ਹੋ ਗਈ ਆ ਸਟਾਰਟ, ਅਤੇ ਕਾਫੀ ਚੀਜ਼ਾਂ ਰੱਖਣ ਲੱਗੇ ਹਾਂ ਅਸੀਂ, ਅਤੇ ਕੱਲ੍ਹ ਸਾਡਾ ਛੋਟਾ ਜਿਹਾ ਬੈਗ ਆ ਜੀ, ਇਹਦੇ ਵਿੱਚ ਆਏਗਾ ਸਾਡਾ ਕੈਮਰਾ। ਇੱਧਰ ਅਨਮੋਲ ਭਾਅ ਜੀ ਦੇਖ ਰਹੇ ਆ ਸਾਰਾ ਸਮਾਨ, ਇਹ ਸਾਡਾ ਲੈਪਟੋਪ ਖਿੰਡਿਆ ਪਿਆ, ਐਂਡ ਬਾਕੀ ਤੁਹਾਨੂੰ ਮੈਂ ਉੱਧਰ ਜਾ ਕੇ ਦਿਖਾਉਣਾ ਕਿ ਕਿੱਦਾਂ ਅਸੀਂ ਬੈਗ ਵਗੈਰਾ ਸਾਰਾ ਸੈੱਟ ਕਰ ਲਿਆ ਆਲਮੋਸਟ। ਪਹਿਲਾਂ ਅਸੀਂ ਸੋਚਿਆ ਸੀ ਕਿ ਸਾਡੇ ਛੋਟੇ ਬੈਗਾਂ ਦੇ ਵਿੱਚ ਆ ਜਾਏਗਾ ਜਿਹੜਾ ਪਿੱਠੂ ਬੈਗ, ਪਰ ਹੁਣ ਜਿਵੇਂ ਟਰਾਈਪੋਡ ਵਗੈਰਾ ਲੈ ਕੇ ਜਾਣੇ ਆ ਅਤੇ ਉਹ ਥੋੜ੍ਹਾ ਜਿਹਾ ਔਖਾ ਹੋ ਜਾਣਾ। ਸੋ ਉਹਨਾਂ ਲਈ ਹੁਣ ਮੈਂ ਇੱਕ ਨਵਾਂ ਬੈਗ ਲਾਈਕ ਚੈਕਿੰਗ ਬੈਗ ਔਡਰ ਕੀਤਾ, ਜਿਹੜਾ ਕਿੰਨੇ ਦਾ ਆਈ ਥਿੰਕ ਸਾਨੂੰ ਪਿਆ ਹੈ $77 ਦਾ। ਸੋ ਜੇ ਉੱਥੇ ਆ ਕੇ ਕਰਦੇ ਆਈ ਥਿੰਕ $150 ਲੱਗਣਾ ਸੀ, ਔਨਲਾਈਨ ਥੋੜ੍ਹਾ ਜਿਹਾ ਸਸਤਾ ਪੈ ਜਾਂਦਾ। ਹੁਣ ਆਹ ਦੇਖੋ, ਇਹਦੇ ਵਿੱਚ ਆਪਾਂ ਰਿੰਗ ਲਾਈਟ ਰੱਖ ਲਈ ਆ, ਇੱਕ ਟਰਾਈਪੋਡ, ਦੂਜਾ ਟਰਾਈਪੋਡ, ਮਾਈਕ ਰੱਖ ਲਿਆ, ਇੱਕ ਟਰਾਈਪੋਡ ਇੱਥੇ ਆ, ਇੱਕ ਆਹ ਛੋਟੀ ਜਿਹੀ ਲਾਈਟ ਰੱਖ ਲਈ ਆ, ਅਤੇ ਇਹ ਸਾਰਾ ਸਮਾਨ ਲਾਈਕ ਰੱਖ ਲਿਆ, ਅਤੇ ਦੋ ਆਪਣੇ ਬੈਗ ਹੋਰ ਹੋਣੇ। ਹੁਣ ਗੱਲ ਇਹ ਆ ਕਿ ਜ਼ਿਆਦਾ ਸਮਾਨ ਵੀ ਨਹੀਂ ਲੈ ਕੇ ਜਾ ਸਕਦੇ, ਜਿਵੇਂ ਗਿੰਬਲ ਵਗੈਰਾ ਹੋ ਗਏ ਜਾਂ ਹੋਰ। ਸੋ ਇਸ ਕਰਕੇ ਅਸੀਂ ਉਨਾ ਕੁ ਸਮਾਨ ਲੈ ਕੇ ਚੱਲੇ ਹਾਂ ਕਿ ਜਿੰਨਾ ਕੁ ਸਾਡੇ ਉੱਥੇ ਕੰਮ ਆਵੇ, ਅਤੇ ਜਿਹਦਾ ਸਾਨੂੰ ਫਾਇਦਾ ਵੀ ਉੱਥੇ ਨਿਕਲੇ, ਅਤੇ ਬਸ ਜ਼ਿਆਦਾ ਕੁਝ ਚੱਕਣਾ ਵੀ ਨਾ ਪਵੇ। ਹੁਣ ਅਨਮੋਲ ਤਿਆਰ ਹੁੰਦਾ ਅਤੇ ਆਪਾਂ ਉੱਧਰ ਚੱਲਦੇ ਹਾਂ ਸਾਡੇ ਵਾਲੇ ਘਰੇ, ਅਤੇ ਉੱਥੋਂ ਜਾ ਕੇ ਮੇਰਾ ਸਮਾਨ ਚੱਕਣੇ। ਆ ਜਾ ਆ ਜਾ, ਇੰਨਾ ਕੁਝ ਨਹੀਂ ਲਿਆਉਣਾ ਮੇਰੇ ਇਕੱਲੇ ਤੋਂ, ਕੀ ਰਹਿ ਗਿਆ? ਕੱਚੇ ਰਹਿ ਗਏ ਸੀ ਕੱਚੇ ਬਾਈ ਦੇ ਮੇਨ ਇਕਵਿਪਮੈਂਟ ਕਹਿੰਦਾ ਰਹਿ ਗਿਆ। ਲਓ ਜੀ, ਬੈਗ ਬੂਗ ਆਪਾਂ ਰੱਖ ਲਿਆ, ਠੀਕ ਆ, ਅਤੇ ਇਹ ਆਪਣਾ ਮਾਈਕ ਹੁੰਦਾ ਸੈਰਾਮੋਨਿਕ ਦਾ ਇੱਕ, ਇੱਧਰ ਬੈਗ ਪਾਇਆ ਹੋਇਆ ਮੈਂ ਮਾਈਕ, ਕੀ ਉਹਨੂੰ ਕਹਿੰਦੇ, ਕੈਮਰੇ ਵਾਲਾ, ਇੱਧਰ ਇੱਕ ਪਿੱਠੂ ਬੈਗ ਆ। ਨਿਕਲਦੇ ਇਹਨਾਂ ਦੇ ਘਰੋਂ। ਹੁਣ ਘਰੇ ਪਹੁੰਚੇ ਸੀ, ਅਤੇ ਅਨਮੋਲ ਨੂੰ ਆਪਾਂ ਖਵਾਤੇ ਆ ਚੌਲ ਅਤੇ ਨਾਲ ਦਹੀਂ, ਅਤੇ ਨਾਲ ਅਸੀਂ ਇਹਨੂੰ ਪਿਆਤਾ ਪਾਣੀ। ਅਤੇ ਬਾਕੀ ਆਹ ਦੇਖ ਲਓ ਜੀ, ਘਰ ਦਾ ਜੇ ਵਲੌਗ ਆਇਆ ਨਹੀਂ ਆਊਗਾ, ਅਤੇ ਆਹ ਆਪਾਂ ਮਿਠਾਈਆਂ ਲੈ ਕੇ ਆਏ ਸੀ, ਆਹ ਹੋ ਗਏ ਗੁਰਭਰ, ਆ ਗੁਜੀਆ ਹੋ ਗਿਆ, ਲੱਡੂ ਸਾਡੇ ਕਰਨੀ ਖਾ ਗਿਆ ਇਕੱਲਾ ਸਾਰੇ, ਅਤੇ ਸਮਾਨ ਸਮੂਨ ਹੁਣ ਅਸੀਂ ਪੈਕ ਕਰ ਲਿਆ। ਚਲੋ ਠੀਕ ਆ ਲਾ ਭਾਅ ਜੀ, ਓਕੇ ਭਾਅ ਜੀ, ਚੱਲ ਚੰਗਾ ਕਰਨ। ਹਾਂ ਹਾਂ ਠੀਕ ਆ, ਕਨੇਡਾ ਛੱਡ ਕੇ ਚੱਲੇ ਆ। ਐਕਸ਼ਨ ਨਿੱਕਾ ਨਿੱਕਾ ਜਿਹਾ ਮੀਂਹ ਪੈਂਦਾ, ਤੇ ਅਨਮੋਲ ਐਕਸ਼ਨ ਦੇ ਨਾਲ ਕੰਮ ਸਟਾਰਟ ਕਰਦਾ, ਤੇ ਅਸੀਂ ਘਰੋਂ ਨਿਕਲ ਗਏ ਹਾਂ, ਐਂਡ ਗੱਡੀ ਮੈਂ ਆਪ ਹੀ ਚਲਾ ਕੇ ਜਾ ਰਿਹਾ, ਤੇ ਉੱਥੇ ਜਾ ਕੇ ਲਾ ਭਾਈ ਨੂੰ ਕਹਿ ਦਾਂਗੇ ਉਹ ਵਾਪਸ ਲੈ ਆਊਗਾ। ਮੀਂਹ ਦੇਖ ਲਓ, ਤੇ ਹੁਣ ਉੱਥੇ ਨਾ ਬਾਹਲਾ ਕੰਮ ਖਰਾਬ ਹੋ ਜਾਏ ਯਾਰ। ਨਹੀਂ ਨਹੀਂ ਉੱਥੇ ਓਕੇ ਰਿਪੋਰਟ ਓਕੇ ਹੋਊਗੀ, ਉਵੇਂ ਜਾਂ ਦਿਲਾਸੇ ਦੇਈ ਆ, ਹੁਣ ਤਾਂ ਚੱਲੇ ਆ ਦੇਖੀਏ। ਅਸੀਂ ਆ ਗਏ ਜੀ, ਆ ਦੇਖੋ ਚੈਕਿੰਗ 'ਤੇ, ਅਤੇ ਚੈਕਿੰਗ ਫਲੇਅਰ ਦੀ, ਪਰ ਅਸੀਂ ਔਨਲਾਈਨ ਚੈਕਿੰਗ ਕਰ ਲਿਆ ਸੀ, ਜੇ ਔਨਲਾਈਨ ਚੈਕਿੰਗ ਕਰਨੀ ਆ ਤਾਂ ਕੋਈ ਪੈਸਾ ਨਹੀਂ ਲੱਗਦਾ, ਐਂਡ ਤੁਹਾਡਾ ਟਾਈਮ ਬਚਦਾ ਆ। ਸੋ ਅਤੇ ਜੇ ਆਪਾਂ ਇੱਥੇ ਚੈਕਿੰਗ ਕਰਦੇ ਹਾਂ ਆਈ ਥਿੰਕ $45 ਐਕਸਟਰਾ ਲੱਗਦੇ ਆ। ਪਾਸਪੋਰਟ ਰਹਿ ਗਏ? ਸੋ ਸਕਿਉਰਿਟੀ ਚੈੱਕ ਇਨ ਹੋ ਗਿਆ ਜੀ ਆਪਣਾ, ਐਂਡ ਇਸ ਤੋਂ ਬਾਅਦ ਕਾਫੀ ਯਾਰ ਏਅਰਪੋਰਟ ਬਿਜ਼ੀ ਆ, ਹੈ ਨਾ, ਸੋਚਿਆ ਨਹੀਂ ਸੀ। ਅਤੇ ਹੁਣ ਅਸੀਂ ਹੈਗੇ ਹਾਂ 20:22, ਅਤੇ ਇਸ ਤੋਂ ਬਾਅਦ ਅਸੀਂ ਜਾਣਾ 20:05 'ਤੇ। ਸੋ ਕਾਫੀ ਵਾਕ ਆਈ ਥਿੰਕ 10 ਮਿੰਟ ਦੀ, ਉਸ ਤੋਂ ਬਾਅਦ ਪਹੁੰਚਾਂਗੇ, ਫਿਰ ਪਹੁੰਚਾਂਗੇ ਆਪਾਂ। ਹਾਂ, ਅਸੀਂ ਟਿਕਟ ਹਜੇ ਵੈਨਕੂਵਰ ਦੀ ਨਹੀਂ ਕਰਾਈ, ਵੈਨਕੂਵਰ ਏਅਰਪੋਰਟ ਦੀ, ਐਬਸਫੋਰਡ ਦੀ ਕਰਾਈ ਆ। ਉਹਦਾ ਥੋੜ੍ਹੇ ਜਿਹੇ ਚਾਰਜਿਸ ਘੱਟ ਹੁੰਦੇ ਆ ਨੋਰਮਲ, ਲਾਈਕ ਉਹਦੇ ਨਾਲੋਂ ਜਿਵੇਂ ਉਹ ਸਾਨੂੰ ਦੋਨੋਂ ਪੈ ਰਹੀਆਂ ਸੀ 1300 ਦੀਆਂ ਸ਼ਾਇਦ, ਅਤੇ ਹੁਣ ਸਾਨੂੰ ਪੈ ਗਈਆਂ 650 625 ਦੀਆਂ, ਅਤੇ ਸੋ ਬੈਗ ਬੂਗ ਪਾ ਕੇ ਤਾਂ 700 ਬਣ ਗਿਆ। ਸੋ ਸਹੀ ਆ, ਮਾੜੇ ਨਹੀਂ, ਵਧੀਆ ਰਹਿ ਗਏ, ਅਤੇ ਹੁਣ ਚੱਲਦੇ ਹਾਂ ਯਾਰ।
ਫਾਈਨਲੀ ਅਸੀਂ ਪਹੁੰਚ ਗਏ ਹਾਂ ਨੰਬਰ B5। ਬਹੁਤ ਜ਼ਿਆਦਾ ਦੂਰ ਆ ਬਈ, 15 ਮਿੰਟ ਲੱਗ ਗਏ ਘੱਟੋ ਘੱਟ ਹੈ ਨਾ ਆਉਣ 'ਤੇ। ਅਤੇ ਉਹਦਾ ਸ਼ੁਕਰ ਹੈ ਉਹ ਰੇੜੇ ਰੂੜੇ ਜਿਹੀਆਂ ਹੁੰਦੀਆਂ ਐਸਕਲੇਟਰ, ਇਹ ਤਾਂ ਬੰਦਾ ਉਹੀ ਮੈਂਟਲ ਹੋ ਜਾਏ ਆਉਂਦਾ ਹੁੰਦਾ। ਹੁਣ ਟਾਈਮ ਕਿੰਨਾ ਹੋ ਗਿਆ, 2:30 ਵੱਜ ਗਿਆ ਐਂਡ 3:25 'ਤੇ ਆ ਹੈ ਨਾ। ਓਹੋ ਬੜਾ ਟਾਈਮ ਪਿਆ, ਉਹਨਾਂ ਚਿਰ ਕੀ ਕਰੇ, ਸ਼ੁਕਰ ਮੇਲਾ ਹੀ ਕਰਨਾ ਪੈਣਾ ਕੁਝ। ਅਤੇ ਜਹਾਜ਼ ਜੁਹਾਜ਼ ਵਾਲੇ ਕੋਈ ਦਿਖਦੇ ਨਹੀਂ, ਇੱਕ ਹੀ ਦਿਖਿਆ। ਇੱਧਰ ਨੂੰ ਜਾਣਾ ਜੀ ਹੁਣ ਅਸੀਂ, ਅਤੇ ਬਾਕੀ ਸਾਡੇ ਥੱਕ ਜੇ ਤਾਂ ਮੈਂ ਹੁਣੇ ਹੀ ਗਿਆ, ਮੈਂ ਤੁਹਾਨੂੰ ਕਹਾਂ ਉੱਥੇ ਜਾ ਕੇ ਪਤਾ ਲੱਗੂ। ਹਾਂ ਐਨਰਜੀ ਲੋ ਜੀ ਹੋਣ ਲੱਗ ਗਈ ਥੋੜ੍ਹੀ, ਚਾਹ ਪੀਣੀ ਸੀ ਆਪਾਂ ਕੈੜੀ ਜੀ ਹੈ ਨਾ। ਚੱਲ ਚਾਹ ਪੀ ਕੇ ਨਹੀਂ ਤੁਰੇ ਅੱਜ, ਅੱਜ ਚਾਹ ਨਹੀਂ ਪੀਤੀ। ਦਿੱਲੀ ਤੜ ਐਕਸ਼ਨ ਮਾਰ। ਹੁਣ ਆ ਗਏ ਜੀ ਪਲੇਨ ਦੇ ਅੰਦਰ ਐਂਡ ਅਨਮੋਲ ਆਪਦਾ ਜਿਹੜਾ ਬੈਗ ਸੀ ਉਹ ਬਾਹਰ ਹੀ ਭੁੱਲਿਆ ਜਿੱਥੇ ਬੈਠੇ ਸੀ ਜਲਦੀ ਜਲਦੀ ਦੇ ਵਿੱਚ। ਸੋ ਹੁਣ ਗਿਆ ਉਹ, ਆ ਗਿਆ ਮੈਨੂੰ ਲੱਗਦਾ ਲੈ ਕੇ। ਐਂਡ ਆਹ ਆਪਣੀਆਂ 2 ਸੀਟਸ ਨੇ, ਤੀਜਾ ਬੰਦਾ ਹੁਣ ਪਤਾ ਨਹੀਂ ਕੌਣ ਆਊਗਾ ਨਾਲ, ਜਾਂ ਕੋਈ ਆਊਗੀ ਕੁਝ ਵੀ। ਸੋ ਬਸ ਹੁਣ ਫਲਾਈਟ ਨਿਕਲਣ ਲੱਗੀ। ਹਾਂ ਮਿਲ ਗਿਆ, ਅੱਛਾ ਚਲੋ ਠੀਕ ਹੈ। ਹਾਂਜੀ ਕਿੱਦਾਂ ਲੱਗ ਰਿਹਾ, ਸਹੀ ਹੈ, ਲੈਗ ਸਪੇਸ ਵੀ ਕਾਫੀ ਹੈ ਨਾ, ਆਹ ਦੇਖ ਕਿੰਨੀ ਵਧੀਆ ਆ। ਸੋ ਹਾਂਜੀ ਲੈਗ ਸਪੇਸ ਨਾ ਕਾਫੀ ਹੈਗੀ ਆ ਇਹਦੇ ਵਿੱਚ, ਜਿੱਦਾਂ ਬਾਹਲੇ ਜ਼ਿਆਦਾ ਭੀੜੇ ਆ ਜਿਹੜੇ ਇੰਡੀਆ ਤੋਂ ਆਏ, ਜਿੱਦਾਂ ਮੈਨੂੰ ਲੱਗਦਾ ਤੂੰ ਵੀ ਆਏਗਾ, ਬੜਾ ਤੰਗ ਹੋ ਗਿਆ ਕਾਫੀ, ਯੂਕਰੇਨ ਵਾਲਾ ਤਾਂ ਕਾਫੀ ਉਫ ਸੀ ਯਾਰ। ਹਾਂ ਸੋ ਇਹ ਲਾਈ ਕਾਫੀ ਜ਼ਿਆਦਾ ਵਧੀਆ ਇਹਦੀ ਲੈਗ ਸਪੇਸ ਹੈਗੀ ਆ, ਅਤੇ ਸੀਟਾਂ ਵੀ ਕਾਫੀ ਖੁੱਲੀਆਂ। ਆਹ ਬਟਨ ਨਹੀਂ ਸਾਨੂੰ ਸਮਝ ਲੱਗ ਰਿਹਾ ਕਾਹਦਾ ਆ, ਜੇ ਕਿਸੇ ਨੂੰ ਪਤਾ ਤਾਂ ਮੈਨੂੰ ਜ਼ਰੂਰ ਦੱਸਿਓ ਕਿ ਆਹ ਬਟਨ ਕਾਹਦਾ ਆ, ਪਰ ਮੈਂ ਨਾ ਇਹ ਰਾਹ ਜਾਂਦੇ ਜਾਂਦੇ ਲੱਭ ਲੈਣਾ। ਇੱਕ ਗਲਤੀ ਸਾਡੇ ਕੋਲ ਹੋਈ ਸੀ ਬਹੁਤ ਵੱਡੀ, ਕਿ ਅਸੀਂ ਕੁਝ ਖਾਣ ਨੂੰ ਨਹੀਂ ਲੈ ਕੇ ਆਏ, ਜਲਦੀ ਜਲਦੀ ਜਾ ਗਏ ਸੀ। ਸੋ ਹੁਣ ਇੱਥੋਂ ਲਏ ਆ ਜੀ ਮਿਸਟਰ ਨੂਡਲ ਐਂਡ ਇੱਕ ਪੈਪਸੀ, ਅਤੇ ਅਨਮੋਲ ਨੇ ਵੀ ਸੇਮ, ਐਂਡ ਇਹ ਸਾਨੂੰ ਪਏ ਆ ਜੀ $16 ਦੇ, $16.5 ਦੇ, ਲਾਈਕ 2 ਆ ਨੂਡਲ ਅਤੇ 1-2 ਪੈਪਸੀ। ਫਿਰ ਵੀ ਠੀਕ ਆ, ਮਰਨ ਨਾਲ ਤਾਂ ਚੰਗਾ ਹੀ ਆ। ਅਨਮੋਲ ਨੇ ਆਪਦਾ ਨਾ ਫੋਰਕ ਸਿੱਟ ਲਿਆ, ਅਤੇ ਅਸੀਂ ਹੁਣ ਇੱਕ ਇਹ ਚੀਜ਼ ਰੱਖੀ ਹੈ ਵੀ ਇਹਨੂੰ 3 ਮਿੰਟ ਐਂ ਬੰਦ ਕਰਕੇ ਰੱਖਣਾ, ਤਾਂ ਕਿ ਇਹ ਥੋੜ੍ਹੇ ਜਿਹੇ ਸਹੀ ਹੋ ਜਾਣ, ਉਹ ਕੱਚੇ ਕੱਚੇ ਨਾ ਰਹਿਣ। ਅਤੇ ਇੱਥੇ ਸਾਡੀ ਇਹ ਦਲੀਲ ਹੈ ਕਿ ਸਪੇਸ 'ਚ ਟਾਈਮ ਥੋੜ੍ਹਾ ਜਿਹਾ ਘੱਟ ਨਿਕਲਦਾ, ਸਲੋ ਨਿਕਲਦਾ, ਸਾਨੂੰ ਭੁੱਖ ਬਹੁਤ ਲੱਗੀ, ਇਸ ਕਰਕੇ ਐਂ ਸਾਨੂੰ ਲੱਗ ਰਿਹਾ ਕਿ ਸਪੇਸ ਦੇ ਵਿੱਚ ਜਿਹੜਾ ਟਾਈਮ ਹੈ ਬਹੁਤ ਸਲੋ ਜਾ ਰਿਹਾ, ਸਾਨੂੰ 1 ਮਿੰਟ ਐਂ ਲੱਗਿਆ ਜਿਵੇਂ 7 ਮਿੰਟ ਹੋ ਗਏ। ਵੈਸੇ ਤਾਂ ਜਿਹੜਾ ਇਹ ਏਅਰਪੋਰਟ ਆ ਜਮਾਂ ਛੋਟਾ ਜਿਹਾ ਏਅਰਪੋਰਟ ਆ ਜਮਾਂ ਮੁਹਾਲੀ ਵਾਲੇ ਬੱਸ ਅੱਡੇ ਜਿੰਨਾ, ਅਤੇ ਬਾਕੀ ਇੱਕ ਆਹ ਚੀਜ਼ ਤੁਹਾਨੂੰ ਲੱਭੀ ਆ, ਤੁਹਾਨੂੰ ਨਹੀਂ ਸਾਨੂੰ ਮਤਲਬ ਲੱਭੀ ਆ, ਤੁਹਾਨੂੰ ਦਿਖਾਉਣੇ ਆ। ਸੋ ਇਹ ਹੈਗਾ ਜੀ ਵਾਟਰ ਕਲੋਕ, ਇਹ ਕਿਸੇ ਪ੍ਰੋਫੈਸਰ ਨੇ ਬਣਾਇਆ ਸੀ, ਆਹ ਦੇਖੋ ਉਹਦਾ ਨਾਮ ਵਗੈਰਾ ਇੱਥੇ ਆਪੇ ਪੜ੍ਹ ਲਿਓ ਕੀ ਲਿਖਿਆ ਹੋਇਆ, ਠੀਕ ਹੈ, ਬਰਨਾਰਡ ਗਿਟੋਨ, ਅਤੇ ਇਹਨੇ ਬਣਾਇਆ ਸੀ ਵਾਟਰ ਕਲੋਕ ਆ। ਹੁਣ ਦੇਖੋ ਇਹਦਾ ਕੀ ਆ ਸਿਸਟਮ, ਕਿ ਇਹ ਇਸ ਤਰੀਕੇ ਨਾਲ ਵਰਕ ਕਰਦਾ ਆ, ਆਹ ਦੇਖੋ 6 'ਤੇ ਲਾਈਟ ਜੀ ਜਗ ਰਹੀ ਨਾ, ਅਤੇ ਲਾਈਟ ਥੋੜ੍ਹੀ ਘੱਟ ਕਰਨਾ, ਓਕੇ 6 'ਤੇ ਇੱਧਰ ਲਾਈਟ ਜਾਗ ਰਹੀ ਆ, ਇੱਧਰ 20 'ਤੇ ਲਾਈਟ ਜਾਗ ਰਹੀ ਆ, ਅਤੇ ਟਾਈਮ ਕਿੰਨਾ ਹੋ ਗਿਆ ਅਨਮੋਲ, 6:28 ਅਤੇ 28 ਮਿੰਟ, ਸੋ 10-10 ਮਿੰਟ ਦੇ ਗੈਪ 'ਤੇ ਉਹ ਸਹੀ ਕਰਦਾ। ਹੁਣ ਜੇ ਉਹ 30 ਹੋ ਜਾਣਗੇ ਨਾ, ਦੇਖੋ ਜਿਹੜੀ ਇੱਥੇ 20 'ਤੇ ਆਹ ਹੈਗੀ ਆ, ਇਹ 30 ਹੋ ਜਾਣੇ ਆ। ਸੋ ਇਹ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ, ਅਤੇ ਇਹ ਬੰਦੇ ਨੇ ਸਿਟੀ ਆਫ ਐਬਸਫੋਰਡ ਨੂੰ ਇਹ ਡੋਨੇਟ ਕਰਤਾ ਸੀ, ਅਤੇ ਉਹਨੂੰ ਕਿਹਾ ਸੀ ਵੀ ਇੱਥੇ ਉਹਨਾਂ ਨੇ ਮਤਲਬ ਚੱਕ ਕੇ ਫਿਰ ਇੱਥੇ ਲਾ ਤਾ। ਇਹ ਇੱਕ ਕਲੋਕ ਆ ਜਿਹੜਾ ਕਿ ਪਾਣੀ 'ਤੇ ਚੱਲਣ ਵਾਲਾ ਕਲੋਕ, ਸੈੱਲ ਨਹੀਂ ਇਹਦੇ 'ਚ ਪੈਂਦੇ, ਇੱਦਾਂ ਦਾ ਹੈ। ਸੋ ਆਪਣੇ ਬੈਗ ਵਗੈਰਾ ਆ ਗਏ ਆ ਜੀ, ਐਂਡ ਹੁਣ ਅਸੀਂ ਕਰਨ ਲੱਗੇ ਹਾਂ ਊਬਰ ਵੈਨਕੂਵਰ ਨੂੰ, ਸੋਰੀ ਸਰੀ ਨੂੰ, ਅਤੇ ਊਬਰ ਸਾਨੂੰ ਸਿਰਫ ਪੈ ਰਹੀ ਆ $48 ਹੁਣੇ ਦਾ, 48 ਦੀ ਪੈ ਰਹੀ ਸੀ, ਅਤੇ 44 ਦੀ ਹੁਣੇ 61 ਦੀ ਹੋ ਗਈ, ਉਹਨਾਂ ਨੂੰ ਪਤਾ ਲੱਗ ਗਿਆ ਲੱਗਦਾ ਵੀ ਮੁੰਡੇ ਕਰ ਰਹੇ ਆ। ਰੁਕ ਜਾ ਜੀ 1 ਮਿੰਟ, ਮੈਂ ਕਹਿੰਦਾ 5 ਮਿੰਟ ਰੁਕ ਜੀ, ਅੱਛਾ ਉਹ ਬਿਜ਼ੀ ਹੋ ਗਿਆ ਹੈ ਕੰਮ, ਚੱਲ ਕੋਈ ਨਾ ਕਰ ਰਹੇ, ਹੁਣ ਊਬਰ ਬੁੱਕ ਕਰਨ ਲੱਗੇ ਅਤੇ ਚੱਲਣ ਲੱਗੇ। ਅਸੀਂ ਇੱਥੇ ਬਹੁਤ ਹੀ ਜ਼ਿਆਦਾ ਸਮਾਰਟ ਮੂਵ ਖੇਡਿਆ, ਉਹ ਕਿ ਜਦੋਂ ਪਹਿਲਾਂ ਊਬਰ ਕਰ ਰਹੇ ਸੀ ਨਾ, ਜਦੋਂ ਅਸੀਂ ਆਏ ਸੀ ਉਦੋਂ ਨਾ $48 ਦੀ ਹੋ ਰਹੀ ਸੀ, ਫਿਰ ਉਸ ਤੋਂ ਬਾਅਦ ਜਦੋਂ ਅਸੀਂ ਕਰਨ ਲੱਗ ਗਏ, ਜਦੋਂ ਸਾਰੀ ਜਨਤਾ ਨੇ ਮਤਲਬ ਕਰਨੀ ਸਟਾਰਟ ਕਰਤੀ ਸੀ, ਅਤੇ ਉਦੋਂ ਹੋਣ ਲੱਗ ਗਈ ਊਬਰ ਕਿੰਨੇ $62 ਦੀ, ਅਤੇ ਅਸੀਂ ਕਿਹਾ ਚਲ 10 ਮਿੰਟ ਬਹਿ ਜਾਂਦੇ, ਨਾਲੇ ਫੋਨ ਚਾਰਜ ਕਰ ਲੈਂਦੇ, ਹੁਣ ਫੋਨ ਵਗੈਰਾ ਚਾਰਜ ਕੀਤੇ ਅਤੇ $44-45 ਦੀ ਹੋ ਗਈ। ਇੱਦਾਂ ਹੀ ਕਰਨਾ ਚਾਹੀਦਾ, ਰਸ਼ ਟਾਈਮ ਦੇ ਵਿੱਚ ਕਦੀ ਨਹੀਂ ਕਰਨੀ ਚਾਹੀਦੀ। ਘਰੇ ਆ ਗਏ ਹਾਂ,
ਤੇ ਥੱਕ ਕਾਫੀ ਗਏ ਆ ਤੁਸੀਂ ਕਹਿੰਦਾ 4 ਘੰਟੇ ਦੇ ਸਫ਼ਰ 'ਚ ਥੱਕ ਗਏ ਜਿਵੇਂ ਸਨੀ ਬਾਈ ਵੀ ਗਈ ਜਾਂਦਾ ਤੇ ਸੋ ਚੱਕਰ ਇਹ ਚੱਲਿਆ ਕਿ ਅਸੀਂ ਜਦੋਂ ਉੱਥੋਂ ਚੜ੍ਹੇ ਤਾਂ ਇੱਕ ਤਾਂ ਸਾਡੀ ਫਲਾਈਟ ਡਿਲੇ ਸੀ ਉਹਦੇ ਚੱਕਰ 'ਚ ਅਤੇ ਐਂਡ ਇੱਕ ਪਤਾ ਨਹੀਂ ਯਾਰ ਮਤਲਬ ਥੱਕ ਜਿਹਾ ਗਏ ਇੱਕ ਭੁੱਖੇ ਸੀ ਅਸੀਂ ਹਾਂ ਉਹ ਵੀ ਸੀਨ ਅਤੇ ਜਿਹੜੇ ਨੂਡਲ ਖਾਧੇ ਉਹ ਤੁਹਾਨੂੰ ਪਤਾ ਹੀ ਕਿਵੇਂ ਦੇ ਹੁੰਦੇ ਆ ਬਾਕੀ ਹੁਣ ਇੱਥੇ ਕਰਦੇ ਹਾਂ ਵਲੋਗ ਨੂੰ ਐਂਡ ਅਤੇ ਜੇ ਕਿਸੇ ਨੇ ਲਾਈਕ ਕਰਨਾ ਤਾਂ ਕਰ ਦਿਓ ਭਾਈ ਵਧੀਆ ਲੱਗਿਆ ਹੋਵੇ ਸਬਸਕ੍ਰਾਈਬ ਕਰ ਦਿਓ ਜੇ ਨਵੇਂ ਆਏ ਚੈਨਲ ਤੋਂ ਕਿਸੇ ਨੇ ਗੱਲਬਾਤ ਕਰਨੀ ਇੰਸਟਾਗ੍ਰਾਮ 'ਤੇ ਮੈਸੇਜ ਕਰ ਲਿਓ ਥੈਂਕ ਯੂ।